अस्सलाम वालेकुम दोस्तों, मैं ਤੁਹਾਡਾ ਆਪਦਾ ਇਬਰਾਹਿਮ ਜੰਗਾਲਾ। ਸ਼ਵਾਕ ਯਾਰ ਕੀ ਆਂਦਨ ਬੰਦੇ ਆਂਦਨ ਸਾਊਂਡ ਦੇ ਉਹ ਸਾਊਂਡ ਜਿਹੜਾ ਯਾਨੀ ਕਿ ਟਿਕਟ ਤੋਂ ਯੂਜ਼ ਕਰਨਾ ਤੂੰ ਆ ਜਿਹੜਾ ਪਿੱਛੇ ਬੈਕਗ੍ਰਾਉਂਡ ਮਿਊਜ਼ਿਕ। ਹਾਂ ਯਾਰ, ਯੂਟਿਊਬ ਤੇ ਇਤਨੇ ਕਮੈਂਟ ਇਤਨੇ ਕਮੈਂਟ, ਟਿਕਟੌਕ ਤੇ ਇਤਨੇ ਕਮੈਂਟ ਇਤਨੇ ਕਮੈਂਟ। ਯਾਰ ਸਾਨੂੰ ਸਾਊਂਡ ਦੇ ਸਾਊਂਡ ਦੇ ਸਾਊਂਡ ਦੇ ਸਾਊਂਡ ਦੇ ਯਾਰ ਕਾਜ ਨਹੀਂ। ਮੈਂ ਨਾ ਗਏ ਇੱਕ ਵਾਰੀ ਮਤਲਬ ਕਿ ਯੂਟਿਊਬ 'ਤੇ ਅਪਲੋਡ ਕੀਤਾ ਸੀ ਅਤੇ ਉਹ ਤੁਹਾਨੂੰ ਪਤਾ ਹੈ ਕਾਪੀਰਾਈਟ ਆ ਗਿਆ ਅਤੇ ਉਹ ਮੈਂ ਡਿਲੀਟ ਕਰ ਦਿੱਤਾ ਹੈ। ਅਤੇ ਤੁਸੀਂ ਆਉਂਦੇ ਸੋ ਲਿਆ ਕੀ ਦੋ ਸੋ ਇਹ ਯਾਰ ਮੈਂ ਚਲਾਈ ਨਾ ਵਟਸਐਪ ਦੇ ਵਿੱਚ ਗਰੁੱਪ ਆਈ ਅਤੇ ਗਰੁੱਪ ਦੇ ਵਿੱਚ ਇੱਕ ਵਾਰੀ ਇੰਨੀ ਆਇਆ ਤਾਂ ਮੈਂ ਯਾਰ ਬੜਾ ਚੰਗਾ ਲੱਗਾ ਜੀ, ਮਿੱਠਾ ਜਿਹਾ ਲੱਗਦਾ। ਹੁਣ ਤੁਸੀਂ ਜਿਵੇਂ ਤਰਸਦੇ ਹੋ ਮੈਨੂੰ ਇੰਨਾ ਬੜਾ ਪਿਆਰਾ ਜਿਹਾ ਲੱਗਾ ਅਤੇ ਮੈਂ ਹਰ ਵੀਡੀਓ ਲਾਉਣਾ ਸ਼ੁਰੂ ਕਰ ਦਿੱਤਾ ਇਹੋ ਇੱਕੋ ਸਾਊਂਡ, ਕਿਉਂਕਿ ਮੇਰਾ ਮੁੰਡਾ ਵਾਇਰਲ ਜੋ ਹੋਇਆ ਵਾਲਾ। ਮੈਂ ਦੌੜਾਂ ਪਾੜ ਦਿੱਤੀਆਂ, ਮੈਂ ਕਹਿ ਦੱਬੀਆਂ। ਉਹ ਬਸ ਵੀਡੀਓ ਹੀ ਵਾਇਰਲ ਹੋ ਗਈ, ਸਾਊਂਡ ਹੀ ਵਾਇਰਲ ਹੋ ਗਿਆ, ਮੈਂ ਹੀ ਵਾਇਰਲ ਹੋ ਗਿਆ ਅਤੇ ਸਾਡੀ ਮੁੰਡਾ ਐਂ ਨਾ ਕਿ ਵਾਇਰਲ ਹੋ ਗਈ। ਅਤੇ ਉੱਥੋਂ ਹੁਣ ਯਾਰ ਦੌੜਾਂ ਪੱਟੀ ਵਧੇ ਆ ਅਤੇ ਸਾਊਂਡ ਅਸੀਂ ਤੁਹਾਨੂੰ ਮਤਲਬ ਕਿ ਦੱਸਿੰਦੇ ਹਾਂ ਅਸੀਂ ਕਿਵੇਂ ਤੁਹਾਨੂੰ ਦੇਵਣਾ ਕਿਵੇਂ ਲੱਭਣਾ। ਅਤੇ ਜਿਸ ਵੀਰਾ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਵੇ ਅਤੇ ਵੀਡੀਓ ਮਤਲਬ ਕਿ ਆਪਦੇ ਸਾਰਿਆਂ ਦੋਸਤਾਂ ਦੇ ਅੱਗੇ ਸ਼ੇਅਰ ਕਰ ਦਿਵਿਆ। ਅਤੇ ਹੁਣ ਤੁਹਾਨੂੰ ਦੱਸਿੰਦੇ ਹਾਂ ਮੈਂ ਜਿੱਥੇ ਮਤਲਬ ਕਿ ਅਸੀਂ ਲਿੰਕ ਤੁਹਾਨੂੰ ਦੇਵਣਾ, ਮੈਂ ਤੁਹਾਨੂੰ ਲਿੰਕ ਸੈਂਡ ਕਰਦਾ ਪਿਆ ਇਹਦੇ। ਸਹੀ ਹੋ ਰਿਹਾ, ਤੂੰ ਓਪਨ ਕਰ। ਅਸੀਂ ਉਹ ਤੁਹਾਨੂੰ ਦੇਵਣਾ ਲਿੰਕ ਅਤੇ ਉਹ ਲਿੰਕ ਆਉਣਾ ਮਤਲਬ ਕਿ ਵੀਡੀਓ ਦੇ ਬਾਇਓ ਦੇ ਵਿੱਚ ਲੱਗੋ, ਅਸੀਂ ਵੀਡੀਓ ਫੁੱਲ ਵਾਚ ਕਰਨੀ ਹੈ, ਵੀਡੀਓ ਦੇ ਬਾਇਓ ਦੇ ਵਿੱਚ ਲਿੰਕ ਲੱਗੋ ਸੀ, ਤੁਸੀਂ ਉਹਨੂੰ ਕਲਿੱਕ ਕਰਨਾ ਹੈ, ਉਹਨੂੰ ਕਲਿੱਕ ਕਰੋ ਸੋ। ਅਤੇ ਮਤਲਬ ਤੁਹਾਨੂੰ ਸਾਰਾ ਸਕਰੀਨ ਮਤਲਬ ਵਿਖਾਈ ਨਾ, ਪਰ ਸਕਰੀਨ ਚੱਲਦੀ ਪਈ ਅਸੀਂ ਅਤੇ ਸਕਰੀਨ ਰਿਕਾਰਡਰ ਮੈਂ ਲਾ ਲਵਾਂ, ਤੁਸੀਂ ਵੇਖੋ ਤੁਹਾਨੂੰ ਦੁੱਖ ਸੈਂਡ ਕਰ ਦੇ ਲਿੰਕ ਓਪਨ। ਸਕਰੀਨ ਤੋਂ ਹੁਣ ਤੁਸੀਂ ਵੇਖਦੇ ਪਏ ਹੋ ਸੋ ਮੈਂ ਸਕਰੀਨ ਰਿਕਾਰਡਰ ਆਨ ਕਰ ਦਿੱਤਾ। ਤੁਹਾਨੂੰ ਹੁਣ ਦੱਸਿਆ ਮਤਲਬ ਕਿੱਥੋਂ ਤੁਸੀਂ ਡਾਊਨਲੋਡ ਕਰਨਾ ਜਾਂ ਸੁਣਾ, ਮਤਲਬ ਲਿੰਕ ਬਾਇਓ ਦੇ ਤੁਹਾਨੂੰ ਦੱਸਿਆ ਲੱਗਾ, ਡਿਸਕ੍ਰਿਪਸ਼ਨ ਬਾਇਓ ਪੈਨ ਡਿਸਕ੍ਰਿਪਸ਼ਨ ਥੱਲੇ ਜਿਹੜੀ ਵੀਡੀਓ ਚਲਦੀ ਪਈ ਥੱਲੇ ਡਿਸਕ੍ਰਿਪਸ਼ਨ ਲਿਖੀ ਹੋਈ, ਡਿਸਕ੍ਰਿਪਸ਼ਨ ਕਲਿੱਕ ਕਰਿਆ ਸੋ ਅਤੇ ਉਹਦੇ ਵਿੱਚ ਮਤਲਬ ਕਿ ਟਿਕਟੌਕ ਸੌਂਗ ਉਂਝ ਤਰ੍ਹਾਂ ਕੋਈ ਨਾਂ ਅਸੀਂ ਉਸ 'ਤੇ ਕਲਿੱਕ ਕਰਿਆ ਅਤੇ ਤੁਸੀਂ ਜੇ ਫਾਈਲ 'ਤੇ ਆਪਣਾ ਪਹਿਲੇ ਵੀਡੀਓ ਫੁੱਲ ਵਾਚ ਕਰਨੀ, ਸਾਊਂਡ ਵੇਖੋ ਡਾਊਨਲੋਡ ਕਿਵੇਂ ਡਾਊਨਲੋਡ ਅਸੀਂ ਕਰਨਾ। ਇਹ ਸਾਡੀ ਵਟਸਐਪ 'ਤੇ ਅਸੀਂ ਵਟਸਐਪ 'ਤੇ ਮਤਲਬ ਲਿੰਕ ਕੀਤਾ, ਤੁਸੀਂ ਬਾਅਦ ਵਿੱਚ ਲਿੰਕ 'ਤੇ ਕਲਿੱਕ ਕਰਨਾ। ਸਾਡੇ ਕੋਲ ਲਿੰਕ ਪਿਆ, ਅਸੀਂ ਇਸ 'ਤੇ ਕਲਿੱਕ ਕਰਨੇ ਆ, ਡਰੈਕ ਡਾਊਨਲੋਡ ਹੋ ਗਿਆ। ਕੋਈ ਦੇਰ ਨਹੀਂ, ਕੋਈ ਨਹੀਂ ਸਰਵਿਸ ਹੋ ਸੀ ਨਾ, ਮਤਲਬ ਇੱਕ ਤੁਹਾਡਾ ਲਿੰਕ ਸਾਊਂਡ ਮੇਰਾ ਡਾਊਨਲੋਡ, ਮੇਰਾ ਫੋਟੋ ਲੱਗੋ ਸਾਊਂਡ 'ਤੇ ਅਤੇ ਮੈਂ ਇੱਥੇ ਫੁੱਲ ਨਹੀਂ ਚਲਾ ਸਕਦਾ ਕਿਉਂਕਿ ਕਾਪੀਰਾਈਟ ਆ ਜਾਂਦਾ। ਅਤੇ ਇਹ ਇੱਥੋਂ ਬੈਕ ਆ ਜਾਣਾ, ਡਾਊਨਲੋਡ ਹੋ ਗਿਆ, ਬਲਕਿ ਨਹੀਂ ਡਾਊਨਲੋਡ ਕੋਈ ਨਹੀਂ ਹੋਇਆ, 3 ਡਾਟ 'ਤੇ ਜਾਣਾ, 3 ਡਾਟ 'ਤੇ ਜਾ ਕੇ ਇੱਥੋਂ ਡਾਊਨਲੋਡ ਕਰਨਾ, ਇੰਜਸ ਡਾਊਨਲੋਡ ਕੋਈ ਨਹੀਂ ਆਉਣਾ। ਇੱਥੋਂ ਹੁਣ ਥੱਲੋਂ ਲਿਖੀ ਗਿਆ ਡਾਊਨਲੋਡ ਹੋ ਗਿਆ, ਇਹ ਫੁੱਲ ਬੈਕ ਹੋ ਜਾਣਾ, ਡਾਊਨਲੋਡ ਫਾਈਲ 'ਚ ਵੱਗ ਗਿਆ ਆਪਣਾ ਗੈਲਰੀ ਵੇਖਣੇ, ਪਹਿਲੇ ਗੈਲਰੀ ਵੇਖਣੇ, ਉਦੋਂ ਕੋਈ ਪਤਾ ਆ ਜਾਵੇ। ਇਹ ਸਾਡੀ ਗੈਲਰੀ ਹੈ, ਗੈਲਰੀ 'ਚ ਆ ਗਿਆ, ਡਬਲ ਟ੍ਰਿਪਲ ਆਇਆ, ਮਤਲਬ ਮੈਂ ਇੱਕ ਦੋ ਵਾਰੀ ਟਰਾਈ ਕੀਤੀ, ਮੈਂ ਕਿਹਾ ਬਾਈ ਖਰਾਬ ਨਾ ਹੋ ਜਾਵੇ ਅਪਣਾਉਣ ਵਾਲੇ, ਮਤਲਬ ਤੁਹਾਨੂੰ ਦੱਸਣ ਵਾਲੇ, ਇਹ ਇੱਥੇ ਆ ਗਿਆ। ਜੇ ਇੱਥੇ ਨਹੀਂ ਵੀ ਆਉਂਦਾ ਤਾਂ ਮੁੜ ਤੁਸੀਂ ਜਾਣਾ ਕਿਤੇ ਗਈਏ ਫਾਈਲ ਮੈਨੇਜਰ 'ਤੇ ਜਾਣਾ, ਫਾਈਲ ਮੈਨੇਜਰ 'ਤੇ ਜਾ ਕੇ ਅਤੇ ਮਤਲਬ ਕਿ ਮਾਈ ਫੋਨ ਮੁੜ ਇੰਟਰਨਲ ਸਟੋਰੇਜ ਮੋਬਾਈਲ ਦੀ ਜਿਹੜੀ ਮੈਮਰੀ ਮੁੜ ਉਸ ਤੋਂ ਬਾਅਦ ਡਾਊਨਲੋਡ ਹੈ, ਡਾਊਨਲੋਡ ਦੇ ਵਿੱਚ ਥੱਲੇ ਆਇਆ ਖੋਲਦਾ, ਇਸ 'ਤੇ ਕਲਿੱਕ ਕਰਨਾ। ਅਤੇ ਇੱਕ ਹੋਰ, ਤੁਸੀਂ ਆਉਂਦੇ ਹੋ ਜਿਹੜਾ ਅਸੀਂ US ਦਾ ਅਕਾਊਂਟ ਬਣਾਉਂਦੇ ਹਾਂ, ਪਾਕਿਸਤਾਨ ਹੈ ਕਿਵੇਂ ਬਣਾਉਣਾ ਯਾਰ, ਸਾਡੇ ਕੋਲ ਤਾਂ ਬਾਹਰ ਦੀ ਸੇਮ ਕਾਜ ਨਹੀਂ, ਅਸੀਂ US ਦਾ ਅਕਾਊਂਟ ਬਣਵਾਉਣਾ। ਕਈ ਬੰਦੇ ਐਸੇ ਹੀ ਹੈ ਜਿਹੜੇ ਆਉਂਦੇ ਸੱਚ ਕਹਿੰਦੇ ਪੈਸੇ ਭਰਨ ਅਤੇ ਅਸੀਂ ਅਕਾਊਂਟ ਬਣਵਾਉਣ, ਅਤੇ ਤੁਸੀਂ ਆਉਂਦੇ ਯਾਰ ਸਾਡਾ ਤਾਂ ਬਾਹਰ ਲੱਗਦਾ ਹੀ ਕੋਈ ਨਹੀਂ, ਅਸੀਂ ਕਿਵੇਂ ਬਣਵਾਈਏ ਅਤੇ ਕਈ ਨਾ ਕੋਈ ਬਣਵਾਈਏ। US ਦਾ ਅਕਾਊਂਟ ਇਹ ਹੁੰਦਾ ਮਤਲਬ ਕਿ ਉਹਦੇ ਵਿੱਚ ਨਾ ਇੱਕ ਮਿੰਟ ਤੋਂ ਵੱਡੀ ਵੀਡੀਓ ਪਾਉਣੀ ਹੁੰਦੀ, ਉਸ 'ਤੇ ਅਰਨਿੰਗ ਹੁੰਦੀ ਹੈ, ਅਤੇ ਇੱਕ ਲੱਖ ਸਿਰੇ ਵਿਊਜ਼ ਆਉਣਾ, ਲਾਈਕ ਕੋਈ ਕਰੇ ਜਾਂ ਨਾ ਕਰੇ, ਸਿਰਫ 1 ਲੱਖ ਵਿਊਜ਼, 10,000 ਫੋਲੋਅਰ ਕਰਨਾ ਹੁੰਦਾ। ਅਤੇ ਉਹ ਨੈਕਸਟ ਜਿਹੜੀ ਸਾਡੀ ਵੀਡੀਓ ਆ ਸੀ ਨਾ, ਅਤੇ ਉਹ ਸਾਡੀ ਉਹ ਸੀ ਉਸ ਟੋਪਿਕ 'ਤੇ, ਅਤੇ ਇਨਸ਼ਾਅੱਲਾ ਨੈਕਸਟ ਵੀਡੀਓ ਦਾ ਇੰਤਜ਼ਾਰ ਕਰਿਆ, ਅਤੇ ਤੁਹਾਨੂੰ ਸਾਰਾ ਬਣਾ ਕੇ ਓਕੇ ਤਾਂ ਕਰਕੇ ਦੱਸਾਂ। ਅਤੇ ਪਾਕਿਸਤਾਨ ਜ਼ਿੰਦਾਬਾਦ।